ਇੱਥੇ ਵੱਡੀ ਖਬਰ ਆ ਰਹੀ ਹੈ ਜਿਲ੍ਹਾ ਤਰਨਤਾਰਨ ਦੇ ਪਿੰਡ ਬੈਂਕਾਵਲੋਂ ਚਿੱਤੇ ਕੀ ਸਰਪੰਚ ਵੱਲੋਂ ਨਰੇਗਾ ਸਕੀਮ ਤਹਿਤ ਕੱਚੇ ਰਾਹ ਨੂੰ ਪੱਕੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਕੱਚੇ ਰਾਹ ਉੱਪਰ ਕਠਿਤ ਤੌਰ ਤੇ ਕਟਿਆ ਕਿਸੰਦੀਆਂ ਇੱਟਾਂ ਲਾ ਕੇ ਕੰਮ ਸਾਰਿਆ ਜਾ ਰਿਹਾ ਹੈ ਇਸ ਅਰੋਪ ਪਿੰਡ ਬੈਂਕਾ ਦੇ ਰਹਿਣ ਵਾਲੇ ਲੋਕਾਂ ਵੱਲੋਂ ਸਰਪੰਚ ਤੇ આરોਪ ਲਗਾਏ ਗਏ ਲੋਕਾਂ ਵੱਲੋਂ ਪੱਤਰਕਾਰਾਂ ਦੇ ਸਾਹਮਣੇ ਸਰਪੰਚ ਵੱਲੋਂ ਲਾਈਆਂ ਜਾ ਰਹੀਆਂ ਇੱਟਾਂ ਨੂੰ ਤੋੜ ਕੇ ਵਿਖਾਇਆ ਗਿਆ ਸਰਪੰਚ ਵੱਲੋਂ ਕਰਵਾਏ ਜਾ ਰਹੇ ਕੰਮ ਦੀ ਜਾਂਚ ਦੀ

ਤੇ ਇਹ ਮਤਲਬ ਕਿ ਜੇਮਨਾ ਦਾ ਨਾਲ ਪੈੜੀ ਲੱਗਦੀ ਉਹਦੀ ਸਹਾਇਤਾ ਕਰਨ ਦਾ ਆ ਸਰਪੰਚ ਕਾਲੀਦਾਲ ਦੇ ਬੰਦੇ ਆ ਤੇ ਉਹਨਾਂ ਦੀ ਸਹਾਇਤਾ ਦਾ ਇਹ ਕਰਨੇ ਕਿਹੜਾ ਸਰਪੰਚ ਤੁਹਾਡਾ ਹਾਂਜੀ ਹਾਂਜੀ ਮੇਰਾ ਨਾਮ ਹਰਜੀਤ ਕੌਰ ਆ ਮੈਂ ਬੈਂਕੇਪਿੰਡ ਦੀ ਰਹਿਣ ਵਾਲੀ ਆ ਤੇ ਸਾਡੀ ਪਈ ਤੇ ਇੱਟਾਂ ਲੱਗ ਰਹੀਆਂ ਜਿਹੜੀਆਂ ਬਹੁਤ ਨਕਮੀਆਂ ਇੱਟਾਂ ਲੱਗ ਰਹੀਆਂ ਵਾ ਵੀ ਕਿਸੇ ਕੰਮ ਦੀ ਇੱਟ ਨਹੀਂ ਹੈਗੀ ਤੇ ਅਸੀਂ ਇਹੋ ਮੰਗ ਕਰਦੇ ਆ ਵੀ ਇੱਟ ਢੇੜ ਕੇ ਤੇ ਸਾਡੇ ਵਧੀਆ ਇੱਟ ਲਾਈ ਜਾਵੇ ਤੇ ਅਸੀਂ ਇਹੋ ਵੀ ਮੰਗ ਕਰ ਰਹੇ ਆ ਸਾਡੀ ਪਈ ਤੇ ਵਧੀਆ ਇੱਟ ਲੱਗੇ ਤੇ ਸੰਤ ਸਿੰਘ ਸਰਪੰਚ ਆ ਸਾਡੇ ਪਿੰਡ ਦੇ ਉਹ ਹੀ ਇਟ ਲਾ ਰਹੇ ਆ ਉਹ ਲੱਖਾਂ ਦੀ ਗ੍ਰਾਂਟ ਉਹਨਾਂ ਚੁੱਕੀ ਆ ਸਾਨੂੰ ਬਦੋ ਬਦੀ ਅਸੀਂ ਤਾਂ ਗਏ ਸੀ ਨੀ ਗੇ ਬਦੋ ਬਦੀ ਸਾਡੇ ਘਰ ਆ ਕੇ ਆਂਦੇ ਪਈ ਬਣਵਾਓ ਪਈ ਬਣਵਾਓ ਅਸੀਂ ਚਲੋ ਜੀ ਲਾ ਗਿਆ ਆਹ ਤੇ ਉਹ ਜੇ ਅਸੀਂ ਪਈ ਆਖਿਆ ਚਲੋ ਬਣਾ ਦੋ ਤੇ ਉਹ ਸਾਡੀ ਖਤੀ ਤੱਕ ਪਈ ਬਣਾਈ ਆ ਗਾੜੀ ਸਾਡੀ ਪੈਲੀ ਦਾ ਝਗੜਾ ਆ ਗਿਆ ਵਾ ਤੇ ਉਹ ਜਿਨ੍ਹਾਂ ਦੇ ਪੈਲੀ ਪੈਂਦੀ ਆ ਨਾਲ ਸਾਡੇ ਤੇ ਉਹ ਸਾਡਾ ਖਾਸ ਸਰਕਾਰੀ ਨਿਕਲਦਾ ਦੋਹਾਂ ਕਰਮਾਂ ਦਾ ਖਾ ਲਿਆ ਸਾਡੀ ਪੈਲੀ ਨੂੰ ਕੁਰੇ ਨੂੰ ਆਉਣ ਡਿਆ ਵਾ ਤੇ ਇਹਨਾਂ ਨੇ ਸਰਪੰਚ ਨੇ ਉਹਦੀ ਕਾਲੀਦਾਲ ਵਾਲੀ ਪਾਰਟੀ ਆ ਉਹਨਾਂ ਨਾਲ ਰਲ ਕੇ ਤੇ ਸਾਡੀ ਡੰਡੀ ਪੈਂਦੀ ਸਾਨੂੰ ਅਸੀਂ ਆਖਿਆ ਸਾਨੂੰ ਡੰਡੀ ਦੇ ਇੱਟਾ ਲਾ ਲੈਂਦੇ ਹੋ ਇਹਨਾਂ ਸਾਨੂੰ ਇੱਟਾ ਨਹੀਂ ਲਾਉਂ ਦਿੱਤੀਆਂ ਇਹ ਉਹਨਾਂ ਨਾਲ ਮਿਲ ਚੁੱਕੇ ਆ ਤੇ ਅਸੀਂ ਇਹੋ ਮੰਗ ਕਰਦੇ ਸਾਡੀ ਉਹ ਪਈ ਤੇ ਵੀ ਇੱਟਾ ਲੱਗ ਜਾਣ ਤੇ ਇੱਟ ਵੀ ਵਧੀਆ ਲੱਗੇ ਇਹੋ ਰਿਕਵੈਸਟ ਆ ਮੇਰੀ ਹਾਂਜੀ ਆਪਤੀ ਜੀ ਹਾਂ ਜੀ ਪਹਿਲੇ ਕੀ ਸਾਰਾ ਮਾਮਲਾ ਗਾ ਜੀ ਨਹੀਂ ਭਾਜੀ ਮਾਮਲਾ ਇਹ ਹੈਗਾ ਜੀ ਪਹਿਲੀ ਗੱਲ ਤੇ ਸਾਡੇ ਜਿਹੜੀ ਆ ਇੱਟ ਜਿਹੜੀ ਲੱਗਣ ਡਈ ਹੈ ਨਾ ਬਿਲਕੁਲ ਨਕਮੀ ਆ ਇਹ ਸੰਤ ਸਿੰਘ ਸਰਪੰਚ ਲਾਉਣ ਡਿਆ ਇਟਾਂ ਤੇ ਗ੍ਰਾਂਟ ਇਹਨੇ ਪਿੱਛੋਂ ਪੂਰੀ ਚੁੱਕੀ ਆ ਤੇ ਸਾਨੂੰ ਇੱਥੇ ਅਸੀਂ ਇਹ ਕੋਈ ਗਹਿ ਵੀ ਨਹੀਂਗੇ ਬਣਾਉਣਾ ਵੀ ਮੁੜ ਕੇ ਆ ਸਾਡੇ ਘਰ ਆਇਆ ਆਟਾ ਲੈ ਮੈਂ ਲੈ ਕੇ ਆਇਆ ਤੁਸੀਂ ਪਈ ਬਣਾਓ ਜੇ ਅਸੀਂ ਆਖਿਆ ਚਲ ਦੂ ਬਣਾ ਦੇ ਜੇ ਇਹਨੇ ਬਣਾਈ ਆ ਪਈ ਦੇ ਇੱਟ ਵੇਖੋ ਬਿਲਕੁਲ ਨਕਮੀ ਆ ਜਿਹਨੂੰ ਇੱਕ ਵੀ ਮੀ ਪਿਆ ਦੇ ਉਹਨੇ ਮੁੜ ਕੇ ਲੱਪਣਾ ਹੀ ਕੱਖਣੀਗਾ ਬਿਲਕੁਲ ਗਾਰਾ ਹੀ ਹੋ ਜਾਣੀ ਹੈ ਜੇ ਦੂਸਰੀ ਗੱਲ ਅਸੀਂ ਇਹਨੂੰ ਹਾਂ ਕੀਤੀ ਚਲ ਦੂ ਲਾ ਦੇ ਫਿਰ ਇਹਨੇ ਇੱਟਾਂ ਨਕਮੀਆਂ ਲਾਉਣ ਡਿਆ ਫਿਰ ਅਸੀਂ ਇਹਨੂੰ ਆਖਿਆ ਤੂੰ ਇੱਟਾਂ ਨਕਮੀਆਂ ਲਾਉਣ ਡਿਆਂ ਦਾ ਮੇਰੀ ਆਪਣੀ ਮਰਜ਼ੀ ਆ ਕਿ ਮੈਂ ਐਸੇ ਹਿਸਾਬ ਨਾਲ ਲਾਉਣੀਆਂ ਚਾਹਣਾ ਦੂਸਰੀ ਗੱਲ ਹੈ ਜੇ ਇਹ ਲਾਉਣ ਡਿਆ ਵਾ ਤੇ ਗਾੜੀ ਸਾਡਾ ਸਰਕਾਰੀ ਖਾਲ ਹ ਉਹਦੇ ਵਿੱਚ ਕੀ ਆ ਜੀ ਉਹ ਜਿਹੜਾ ਸਾਡੇ ਕੋਲੇ ਨੂੰ ਖਾ ਲਉਂਦਾ ਦੋ ਕਰਮ ਦਾ ਖਾ ਲਿਆ ਤੇ ਉਹ ਅੱਗੇ ਕਾਲੀ ਦਾਲ ਦੇ ਬੰਦੇ ਆ ਉਹ ਉਹਨਾਂ ਦੀ ਪੈੜੀ ਲੱਗਦੀ ਨਾਲ ਉਹਨਾਂ ਨੇ ਅੱਗੇ ਡੇਢ ਕਰਮ ਵਾਢ ਕੇ ਲਾ ਲਈ ਆ ਅੱਧੀ ਕਰਮ ਦਾ ਖਾ ਰਹਿ ਗਿਆ ਜੇ 1 ਫੁੱਟ ਸਿਰਫ ਸਾਡੇ ਪਈ ਵਾਲੇ ਬੰਨੇ ਆਉਂਦਾ ਜਿੱਦਾਂ ਵਾਟ ਲਾ ਲਓ ਤੁਸੀਂ ਖਾਲ ਦੀ ਜੇ ਮੈਂ ਆਖਿਆ ਜੀ ਵੇਖੋ ਡੇਢ ਕਰਮ ਲਾ ਕੇ ਖਾ ਗਿਆ ਧੱਕਾ ਹੋਣ ਡਿਆ ਜੇ ਅਸੀਂ 1 ਫੁੱਟ ਦੇ ਉੱਤੇ ਵੱਡ ਨਹੀਂ ਰਹੇ ਉਹਦੇ ਉੱਤੇ ਇਟਾਂ ਲਾਉਣ ਡੇ ਆਂ ਵੀ ਚਲੋ ਇਹਨੇ ਵੀ ਨੰਗਣਾ ਅਸੀਂ ਵੀ ਨੰਗਣਾ ਵਾ ਤੇ ਸਰਪੰਚ ਕਹਿੰਦਾ ਵਾ ਉਹਦੇ ਵੱਲੋਂ ਮੈਂ ਬਿਲਕੁਲ ਨਹੀਂ ਛਡਾ ਸਕਦਾ ਤੇਰੇ ਵੱਲੋਂ ਜਿਹੜੇ ਮੈਨੂੰ 2 ਫੁੱਟ ਆਵੇ ਫੁੱਟ ਆਵੇ ਮੈਂ ਕਢਵਾ ਕੇ ਛੱਡੂਗਾ ਇਹ ਉਹਨਾਂ ਨਾਲ ਰਲ ਗਿਆ ਵਾ ਬਿਲਕੁਲ ਤੇ ਅਸੀਂ ਐਮਰ ਸਾਹਿਬ ਨੇ ਇਹੋ ਗੁਜਾਰਸ਼ ਕਰਦੇ ਆਂ ਵੀ ਇੱਕ ਵਾਰ ਸਾਡਾ ਆ ਕੇ ਮੌਕਾ ਵੇਖਿਆ ਜਾਵੇ ਸਾਡੇ ਨਾਲ ਧੱਕਾ ਹੋਣ ਡਿਆ ਵਾ ਇਹ ਬੇਇਨਸਾਫੀ ਜਿਹੜੀ ਬਹੁਤ ਮਾੜੀ ਹੋ ਰਹੀ ਸਾਡੇ ਅਸੀਂ ਕਾਂਗਰਸ ਨੂੰ ਸਰਪੰਚ ਇੱਥੇ ਹੈਗਾ ਜੇ ਆਪਣਾ ਸੰਤ ਸਿੰਘ ਸਰਪੰਚ ਆ ਬੈਂਕੇ ਕਲਾ ਦਾ ਉਹ ਵੀ ਕਾਂਗਰਸੀ ਹਾਂਜੀ ਉਹ ਵੀ ਕਾਂਗਰਸੀ ਆ ਦੂਜਾ ਕਰਨ ਧੱਕਾ ਰਿਹਾ ਹਾਂ ਦੂਸਰਾ ਜਿਹੜਾ ਵਾ ਬੈਂਕੇ ਖੁਰਦ ਦਾ ਸਰਪੰਚ ਉਹ ਕਰਮਜੀਤ ਆ ਉਹ ਬੰਦਾ ਬਹੁਤ ਸਹੀ ਆ ਅਸੀਂ ਇਹਨੂੰ ਵੀ ਬਿਲਕੁਲ ਸਹੀ ਕਰਕੇ ਪਹਿਲੋਂ ਅਸੀਂ ਐਮਐਲ ਸਾਹਿਬ ਨੂੰ ਵੀ ਸਹੀ ਕਰਕੇ ਵੋਟਾਂ ਪਾਈਆਂ ਚਲੋ ਸਾਡੇ ਨਾਲ ਹੁਣ ਨਿਸਾਫ ਹੋਇਆ ਚਲੋ ਸਾਡੀ ਪਈ ਬਣ ਲਗੀ ਕਾਲੀਆਂ ਦੇ ਵੇਲੇ ਸਾਡੀ ਦੋ ਰਾਂ ਪਈ ਜਿਹੜੀ ਗ੍ਰਾਂਟ ਖਾਦੀ ਗਈ ਆ ਸਾਨੂੰ ਪਤਾ ਨਹੀਂ ਲੱਗਾ ਸਾਡੀ ਪਈ ਦੀ ਗ੍ਰਾਂਟ ਖਾਦੀ ਗਈ ਆ ਕੀ ਹੋ ਗਿਆ ਵਾ ਪਿੱਛੋਂ ਪਾਸ ਹੋ ਕੇ ਆਉਂਦੀ ਰਹੀ ਆ ਸਾਡੀ ਪਈ ਬਣ ਨਹੀਂ ਰਹੀ ਜੇ ਅਸੀਂ ਅੱਜ ਕਾਗਜ਼ ਵੇਖੇ ਜਾ ਕੇ ਤੇ ਕਾਗਜ਼ਾਂ 'ਚ ਸਾਡੀ ਦੋ ਰਾਂ ਪਈ ਖਾਦੀ ਗਈ ਆ ਜੀ ਔਰ ਤੀਜੀ ਰਾਂ ਇਹ ਬਣਾਉਣ ਡਿਆ ਵਾ ਇਹ ਵੀ ਕਾਲੀਆਂ ਨਾਲ ਰਲ ਗਿਆ ਤੇ ਅਸੀਂ ਇਹ ਐਮਐਲ ਸਾਹਿਬ ਨੂੰ ਇਹ ਸਾਡੀ ਗੁਜਾਰਸ਼ ਆ ਕਿ ਸਾਡੀ ਸੁਣੇ ਇਹ ਕਰਾ ਆ ਕੇ ਤੇ ਇੱਕ ਰੱਬ ਇਹਨਾਂ ਨੂੰ ਦੱਸੇ ਵੀ ਠੀਕ ਤੁਸੀਂ ਕੀ ਕਰਨ ਦੇ ਜੇ ਜੇ ਇੱਟ ਲੱਗੇ ਤੇ ਚੰਗੀ ਲੱਗੇ ਸਾਡੀ ਇੱਟ ਨਹੀਂ ਲੱਗਣੀ ਚਾਹੀਦੀ ਇੱਟ ਪੁੱਟ ਕੇ ਲੈ ਕੇ ਜਾਵੇ ਹਾਂ ਤੇ ਗੱਲ ਇਹ ਆ ਇੱਟ ਜਿਹੜੀ ਆ ਅਸੀਂ ਨਹੀਂ ਆਂਦੇ ਵੀ ਸਾਨੂੰ ਤੇ ਇਹ ਕੋਟਾ ਵੀ ਅਸੀਂ ਬੱਸ ਵਧਿਆ ਵਧਿਆ ਲਵਾਈਏ ਸਾਡੀ ਕੋਟੇ ਚ ਵਧਿਗਾ ਠੀਕ ਹੈ ਜੀ ਇਹ ਨਹੀਂ ਗੱਲ ਵੀ ਅਸੀਂ ਆਂਦੇ ਵੀ ਮਤਲਬ ਇੱਟਾਂ ਮਾੜੀਆਂ ਅਸੀਂ ਆਪਦੀ ਕੋਟ ਬਾਅਦ ਬਾਅਦ ਕਰਨੇ ਵਧਿਆ ਵਜਿਟ ਲੱਗੇ ਹਾਂ ਦੂਜਾ ਕਾਰ ਨਹੀਂ ਜੇ ਕੋਈ ਇੱਟ ਮਾੜੀ ਤੇ ਅਸੀਂ ਉਹਦੀ ਮੋੜ ਕੇ ਵੀ ਗਲਤੀ ਤੁਹਾਡੇ ਕੋਲ ਗਰੀਟਾ ਲਗਾਈ ਜਾ ਰਹੀਆਂ ਉੱਥੇ ਹਾਂ ਜੀ ਸਾਡੇ ਕੋਲ ਤਾਂ ਵਧੀਆ ਇੱਟ ਲਗਾ ਰਹੀ ਅਹੀਂ ਤੇ ਵਧੀਆ ਦਾ ਅਸੀਂ ਸਾਡੀ ਰਿਪੋਰਟ ਆ ਅਸੀਂ ਵਿੱਚ ਇਹ ਕਿਹੜਾ ਵੀ ਇਹਦੇ ਚੋਹ ਲੈਣਾ ਤੇਰੀ ਕੁਆਡੀ ਆ ਬਲਿਆ ਲੜਾ ਵਾ ਕਿ ਪਿੱਲੀ ਆ ਕੜੀ ਲਾਦੀ ਨਹੀਂ 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 ਮਤਲਬ ਅੱਬਲ ਦੇ ਨਾਲ ਹੁਣ ਪੱਠਿਆਂ ਦੇ ਘਟੂ ਹਣ ਏਟ ਕਰਕੇ ਤੇ ਅਗਲਾ ਸਾਨੂੰ ਉਬਲੀ ਕਹਿ ਕੇ ਦੇ ਰਿਆ ਨਾ ਠੀਕ ਹੈ ਜੀ ਏਟ ਬਿਲਕੁਲ ਘਟ ਹੋਣ ਕਰਕੇ ਕਿਸੇ ਪੱਠੇ ਮਿਲ ਨਹੀਂ ਰਹੀ ਇਹਨਾਂ ਦਾ ਸਾਲ ਡੇਢ ਸਾਲ ਹੀ ਵੇਖਿਆ ਨਹੀਂ ਤੇ ਅਸੀਂ ਕਟਾ ਦੇਂਦੇ ਜਦੋਂ ਅਸੀਂ ਇਹਨਾਂ ਦੇ ਫੇਰ ਸੋਚਿਆ ਵੀ ਵਧੀਆ ਜਿਹੇ ਏਟ ਲਵਾ ਜਦਿੱਤੀ ਜਾਵੇ ਪਰ ਇਹ ਨਹੀਂ ਮੰਨ ਰਹੇ ਇਹੀ ਕਰੀ ਠੀਕ ਹੈ तरन तो रिम्पल गोलंदी रिपोर्ट लाइव भारत